अकाली दल ਦੇ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਨੇ ਪਿਛਲੇ ਦਿਨੀ ਖਰਾਬ ਹੋਈਆਂ ਫਸਲਾਂ ਅਤੇ ਅੰਮ੍ਰਿਤਪਾਲ ਦੇ ਮੁੱਦੇ ਨੂੰ ਲੈ ਕੇ ਪੰਜਾਬ ਸਰਕਾਰ ਤੇ ਸਵਾਲ ਚੁੱਕੇ ਆ। ਆਓ ਦੇਖ ਰਹੇ ਹਾਂ ਕੀ ਕਹਿ ਰਹੇ ਆ ਸੁਖਬੀਰ ਬਾਦਲ। ਪਿਛਲੇ ਦਿਨਾਂ 'ਚ ਬਹੁਤ ਜ਼ਿਆਦਾ ਮੀਂਹ ਗੜੇ ਅਤੇ ਤੂਫਾਨ ਪੰਜਾਬ ਦੇ ਵਿੱਚ ਆਏ ਆ। ਪਿਛਲੇ 2-3 ਦਿਨਾਂ 'ਚ ਮੈਂ ਪੰਜਾਬ ਦੇ ਕਈ ਪਿੰਡਾਂ ਜ਼ਿਲ੍ਹਿਆਂ ਜਾ ਕੇ ਆਇਆ। ਫਸਲਾਂ ਮੈਨੂੰ ਲੱਗਦਾ ਹੈ ਪੂਰੇ ਪੰਜਾਬ 'ਚ ਅਪਰੋਕਸੀਮੇਟਲੀ 50-60% ਕਣਕ ਦੀ ਫਸਲ ਤਾਂ ਮੈਨੂੰ ਲੱਗਦਾ ਖਰਾਬ ਹੋਈ ਹੈ। ਬਹੁਤ ਵੱਡਾ ਨੁਕਸਾਨ ਕਿਸਾਨਾਂ ਦਾ ਹੋਇਆ, ਗਰੀਬਾਂ ਦਾ ਹੋਇਆ, ਜਿਨ੍ਹਾਂ ਦੇ ਕਈ ਘਰ ਵੀ ਡਿੱਗ ਪਏ ਆ। ਸੋ ਅੱਜ ਮੈਂ ਤੁਹਾਡੇ ਰਾਹੀਂ ਪੰਜਾਬ ਸਰਕਾਰ ਨੂੰ ਕਹਿਣਾ ਚਾਹੁੰਦਾ ਹੈ ਕਿ ਆਪਣੀ ਜ਼ਿੰਮੇਵਾਰੀ ਸੰਭਾਲਣ, ਇਮੀਡੀਏਟਲੀ ਘੱਟ ਤੋਂ ਘੱਟ 50,000 ਰੁਪਇਆ ਏਕੜ ਮੁਆਵਜ਼ਾ ਇਮੀਡੀਏਟਲੀ ਰਿਲੀਜ਼ ਕਰਨ। ਇਕੱਲੇ ਬਿਆਨ ਦੇ ਨਾਲ ਨਹੀਂ ਸਰਨਾ, ਜਿਹੜੇ ਭਗਵੰਤ ਬੇਈਮਾਨ ਦੀ ਜਿਹੜੀ ਸਰਕਾਰ ਹੈ, ਪਿਛਲੇ 2 ਫਸਲਾਂ 'ਚ ਬਹੁਤ ਵੱਡਾ ਨੁਕਸਾਨ ਹੋਇਆ, ਨਰਮੇ ਦਾ ਨੁਕਸਾਨ ਵੀ ਹੋਇਆ ਅਤੇ ਝੋਨੇ 'ਚ ਵੀ ਨੁਕਸਾਨ ਹੋਇਆ ਸੀ। ਐਲਾਨ ਕਰ ਦਿੰਦੇ ਗਰਦੌਰੀਆਂ ਦਾ ਪਰ ਪੈਸੇ ਹਾਲੇ ਤੱਕ ਨਹੀਂ ਆਏ, ਨਾ ਪਿਛਲੀ ਨਰਮੇ ਦੇ ਪੈਸੇ ਆਏ ਆ, ਨਾ ਝੋਨੇ ਦੇ ਆਏ ਆ, ਹੁਣ ਆ ਤੀਜੀ ਫਸਲ ਹੋ ਗਈ ਹੈ। ਸੋ ਮੈਂ ਆਹੀ ਬੇਨਤੀ ਕਰਦਾ, ਬਿਆਨ ਦੀ ਬਜਾਏ ਇਮੀਡੀਏਟਲੀ ਪੈਸਾ ਰਿਲੀਜ਼ ਕਰਨ, ਕਿਉਂਕਿ ਕਿਸਾਨ ਕੋਲ ਹੁਣ ਕੋਈ ਪੈਸਾ ਨਹੀਂ ਹੈ। ਜੇ ਅਗਲੀ ਫਸਲ ਬੀਜਣੀ ਹੈ ਉਹਨੂੰ ਪੈਸੇ ਦੀ ਲੋੜ ਹੈ, ਉਹਦੀਆਂ 2 ਫਸਲਾਂ ਮਰ ਗਈਆਂ, ਕਰਜ਼ਾ ਉਹਦੇ ਸਿਰ 'ਤੇ ਚੜ੍ਹ ਗਿਆ। ਬਹੁਤ ਪਰੇਸ਼ਾਨ ਪੰਜਾਬ ਦੇ ਕਿਸਾਨ ਹੈ। ਮੈਂ ਗਵਰਨਮੈਂਟ ਆਫ ਇੰਡੀਆ ਨੂੰ ਵੀ ਬੇਨਤੀ ਕਰਦਾ, ਆ ਇੱਕ ਨੈਚੁਰਲ ਕਲੈਮਿਟੀ ਹੈ, ਗਵਰਨਮੈਂਟ ਆਫ ਪੰਜਾਬ ਗਵਰਨਮੈਂਟ ਆਫ ਇੰਡੀਆ ਨਾਲ ਗੱਲ ਕਰਕੇ ਨੈਚੁਰਲ ਕਲੈਮਿਟੀ ਡਿਕਲੇਅਰ ਕਰਕੇ ਪੈਸਾ ਲੈ ਕੇ ਆਉਣ, ਕਿਉਂਕਿ ਅੱਜ ਲੋੜ ਹੈ। ਜੇ ਅੱਜ ਬਾਣੀ ਫੜੀ ਤਾਂ ਕਿਸਾਨ ਬਹੁਤ ਬੁਰਾ ਹਾਲ ਹੋ ਜਾਣਾ। ਤਕਰੀਬਨ ਮੈਂ ਕੱਲ੍ਹ ਵੀ ਪਤਾ ਕੀਤਾ ਸੀ, ਸਾਡੀ ਜਿਹੜੀ ਲੀਗਲ ਟੀਮ ਹੈ ਉਹਨਾਂ ਨੇ ਕਿਹਾ ਕਿ ਤਕਰੀਬਨ 100 ਪਰਿਵਾਰਾਂ ਨੇ ਸਾਨੂੰ ਅਪਰੋਚ ਕੀਤਾ ਅਤੇ ਤਕਰੀਬਨ 40-50 ਪਰਿਵਾਰ ਬੱਚੇ ਦਾ ਅਸੀਂ ਛੁਡਾ ਵੀ ਲਿੱਤੇ ਹੈ। ਮੈਂ ਕੱਲ੍ਹ ਹੀ ਮਲੋਟ ਸਾਡੇ ਇੱਕ ਬੱਚਾ ਸੀ ਉਹਨੂੰ ਅਸੀਂ ਛੁਡਾਇਆ। ਮੈਨੂੰ ਬਰਨਾਲੇ ਜ਼ਿਲ੍ਹੇ ਤੋਂ ਰਾਹੀ ਸਾਹਿਬ ਦਾ ਫੋਨ ਆਇਆ ਸੀ, ਉਹਨਾਂ ਨੇ ਬੱਚੇ ਛੁਡਾਏ ਹੈ ਅਤੇ ਅਜਨਾਲੇ ਤੋਂ ਵੀ ਸਾਨੂੰ ਖਬਰ ਹੈ ਕਿ ਉਹ ਬੱਚਿਆਂ ਨੂੰ ਛੁਡਾ ਲਿਆ ਆਪਣੇ ਵਰਕਰਾਂ ਨੇ ਜਾ ਕੇ, ਲੀਡਰਸ਼ਿਪ ਨੇ ਜਾ ਕੇ। ਬਾਬਾ ਬਿਕਾਲੇ ਤੋਂ ਵੀ ਸਾਨੂੰ ਰਿਪੋਰਟ ਆਈ ਹੈ। ਸੋ ਮੈਂ ਆਪਣੇ ਸਾਰੀ ਪਾਰਟੀ ਦੇ ਵਰਕਰਾਂ ਨੂੰ ਬੇਨਤੀ ਕਰਦਾ, ਜਿੱਥੇ ਜਿੱਥੇ ਬੇਕਸੂਰ ਇਨੋਸੈਂਟ ਬੱਚੇ ਫੜੇ ਜਾ ਰਹੇ ਹੈ ਉਹਨਾਂ ਨੂੰ ਆਪਾਂ ਉਹਨਾਂ ਦੇ ਪਰਿਵਾਰਾਂ ਨੂੰ ਕੋਲ ਜਾ ਕੇ ਸਾਥ ਦੇਈਏ। ਹੋ ਕੀ ਰਿਹਾ, ਕਿਸੇ ਬੱਚੇ ਨੇ ਕੋਈ ਪੋਸਟ ਸ਼ੇਅਰ ਕੀਤੀ ਹੈ ਉਹਨੂੰ ਫੜ ਕੇ ਅੰਦਰ ਕਰ ਦਿੰਦੇ ਹੈ। ਸੋ ਜਿਹੜੇ ਉਹ ਪੋਸਟ ਸ਼ੇਅਰ ਕਰਨਾ ਕੋਈ ਗੁਨਾਹ ਨਹੀਂ ਹੈ, ਪਰ ਤੁਸੀਂ ਜੇ ਵਾਰ ਵਾਰ ਉਹਨੂੰ ਫੜ ਕੇ ਅੰਦਰ ਕਰੋਗੇ, ਉਹਨਾਂ ਦੇ ਉੱਤੇ ਜ਼ੁਲਮ ਕਰੋਗੇ, ਕਿੱਡੀ ਵੱਡਾ ਨੁਕਸਾਨ ਜਵਾਨੀ ਦਾ ਹੋ ਜਾਣਾ ਹੈ। ਸੋ ਸਰਕਾਰਾਂ ਨੂੰ ਸੋਚ ਸਮਝ ਕੇ ਅਜੇ ਕਦਮ ਕਰਨੇ ਚਾਹੀਦੇ ਹੈ। ਆਹ ਜਿਹੜਾ ਮਾਹੌਲ ਹੈ ਪੰਜਾਬ ਵਿੱਚ, ਵਾਪਸ ਅਮਨ ਸ਼ਾਂਤੀ ਲਿਆਉਣ ਦੀ ਲੋੜ ਹੈ, ਭਾਈਚਾਰਕ ਸਾਂਝ ਰੱਖਣ ਦੀ ਲੋੜ ਹੈ। ਅਤੇ ਜਿਵੇਂ ਪੰਜਾਬ ਦੇਖੋ, ਪੰਜਾਬ ਬੜੀ ਮੁਸ਼ਕਿਲ ਦੇ ਦੌਰ 'ਚੋਂ ਨਿਕਲਿਆ ਸੀ। ਮੈਨੂੰ ਯਾਦ ਹੈ ਕਿਵੇਂ ਸਾਹਿਬ ਪ੍ਰਕਾਸ਼ ਸਿੰਘ ਬਾਦਲ ਨੇ, ਸ਼੍ਰੋਮਣੀ ਅਕਾਲੀ ਸਰਕਾਰ ਨੇ ਬਹੁਤ ਜ਼ਿਆਦਾ ਮਿਹਨਤ ਕੀਤੀ ਭਾਈਚਾਰਕ ਸਾਂਝ, ਅਮਨ ਸ਼ਾਂਤੀ, ਲੋਕਾਂ ਦੇ ਵਿੱਚ ਕੌਨਫੀਡੈਂਸ ਲਿਆਉਣ ਦੀ ਇੰਨੀ ਕੋਸ਼ਿਸ਼ ਕੀਤੀ ਕਿ ਬਹੁਤ ਵੱਡਾ ਫਰਕ ਪੈ ਗਿਆ ਪੰਜਾਬ 'ਚ। ਇਨਵੈਸਟਮੈਂਟ ਆਉਣ ਲੱਗ ਗਈ, ਫੈਕਟਰੀਆਂ ਲੱਗਣ ਲੱਗ ਗਈਆਂ, ਪਾਵਰ ਸਰਪਲਸ ਹੋ ਗਏ, ਏਅਰਪੋਰਟ ਬਣ ਗਏ, ਸੜਕਾਂ ਬਣ ਗਈਆਂ, ਲੋਕਾਂ ਵਿੱਚ ਮਾਹੌਲ ਸੀ, ਪੰਜਾਬ ਤਰੱਕੀ ਦੀ ਬੁਲੰਦੀਆਂ ਜਾਣ ਲੱਗ ਗਿਆ। ਸਾਡੇ ਜਿਹੜੇ ਪੰਜਾਬ ਦਾ ਬਿਜਲੀ ਬੋਰਡ ਹਿੰਦੁਸਤਾਨ 'ਚ 1 ਨੰਬਰ 'ਤੇ ਡਿਕਲੇਅਰ ਕਰ ਦਿੱਤਾ ਸੀ। ਪਰ ਜਿਹੜੇ 6 ਸਾਲ ਹੁਣ ਟੱਪੇ ਹੈ, ਐਂ ਲੱਗਦਾ ਜਿਵੇਂ ਹੌਲੀ ਹੌਲੀ ਸਾਰਾ ਕੁਝ ਥੱਲੇ ਜਾਣ ਲੱਗ ਗਿਆ। ਜਿਹੜਾ ਹੁਣ ਮੁੱਖ ਮੰਤਰੀ ਜਿਹੜਾ ਭਗਵੰਤ ਸਿੰਘ ਬੇਈਮਾਨ ਹੈ, ਆਹ ਮੁੱਖ ਮੰਤਰੀ ਕਹਿਣ ਦੇ ਲਾਇਕ ਹੀ ਨਹੀਂ ਹੈ। ਇਹਨੂੰ ਕੋਈ ਫਿਕਰ ਨਹੀਂ, ਪਰਵਾਹ ਨਹੀਂ, ਨਾ ਉਹਨੂੰ ਕੋਈ ਆਹ ਜ਼ਿੰਮੇਵਾਰੀ ਸੰਭਾਲਣ ਦਾ ਪਤਾ ਕਿਵੇਂ ਸੰਭਾਲੀ ਦੀ ਹੈ। ਇੱਕ ਸਟੇਜ 'ਤੇ ਪਰਫੋਰਮੈਂਸ ਕਰਨੀ ਅਤੇ ਸਰਕਾਰ ਚਲਾਉਣੀ, ਜ਼ਮੀਨ ਆਸਮਾਨ ਦਾ ਫਰਕ ਹੈ। ਉਹ ਸੋਚਦੇ ਹੁਣ ਇਹਨਾਂ ਦੀ ਜਿਹੜੀ ਆਮ ਆਦਮੀ ਪਾਰਟੀ ਦੀ ਸੋਚ ਹੈ ਕਿ ਹੁਣ ਅਸੀਂ ਸਰਕਾਰ ਬਣਾ ਲਈ ਹੈ ਤਾਂ ਮਤਲਬ ਸਾਰਾ ਕੁਝ ਅਸੀਂ ਬਣ ਗਏ, ਬਸ ਹੁਣ ਸਾਨੂੰ ਹੋਰ ਕਿਸੇ ਚੀਜ਼ ਦੀ ਲੋੜ ਨਹੀਂ ਹੈ। ਇਹਨਾਂ ਦੇ ਜਿਹੜੇ MLA ਹੈ ਉਹ ਵੀ ਨਹੀਂ ਪਰਵਾਹ ਕਰਦੇ। ਮੈਂ ਹੁਣੀ
ਆ ਫਾਜ਼ਿਲਕਾ ਜ਼ਿਲ੍ਹਾ, ਫਿਰੋਜ਼ਪੁਰ ਜ਼ਿਲ੍ਹਾ, ਕਈ ਜ਼ਿਲ੍ਹੇ ਜਾ ਕੇ ਆਏ ਹਾਂ ਜਿੱਥੇ ਨੁਕਸਾਨ ਫਸਲਾਂ ਦਾ ਹੋਇਆ ਹੈ, ਇੱਕ ਵੀ ਇਹਨਾਂ ਦਾ MLA ਨਹੀਂ ਗਿਆ ਕਿਸੇ ਪਿੰਡ ਵਿੱਚ। ਆਪਣੇ ਉੱਥੇ ਫਿਰੋਜ਼ਪੁਰ 'ਚ ਐਡਾ ਵੱਡਾ ਭੁਚਾਲ ਆਇਆ, MLA ਤੱਕ ਨਹੀਂ ਪਹੁੰਚਿਆ ਉੱਥੇ ਦਾ। ਆ MLA ਸੋਚਦੇ ਕਿ ਹੁਣ MLA ਬਣ ਗਏ, ਸਾਨੂੰ ਹੁਣ ਲੋਕਾਂ ਦੀ ਲੋੜ ਨਹੀਂ 5 ਸਾਲ। MLA ਦਾ ਮਤਲਬ ਹੈ ਤੁਸੀਂ ਸੇਵਾਦਾਰ ਹੋ, ਤੁਸੀਂ ਜਨਤਾ ਦੇ ਸੇਵਾਦਾਰ ਹੋ, ਹੁਣ ਤੁਹਾਨੂੰ ਚੁਣ ਲਿਆ ਗਿਆ, ਹੁਣ 5 ਸਾਲ ਤੁਹਾਡਾ ਫਰਜ਼ ਹੈ ਸੇਵਾ ਕਰਨਾ, ਤੁਹਾਡਾ ਫਰਜ਼ ਹੈ ਹੁਣ ਦੁੱਖ ਸੁੱਖ 'ਚ ਸਾਥ ਦੇਣਾ, ਤੁਹਾਡਾ ਫਰਜ਼ ਹੈ ਮੁਸ਼ਕਲਾਂ ਹੱਲ ਕਰਾਉਣਾ। ਇਹਦਾ ਮਤਲਬ ਨਹੀਂ ਕਿ MLA ਬਣ ਗਏ ਅਤੇ ਮੰਤਰੀ ਬਣ ਗਏ ਅਤੇ ਹੁਣ ਸਾਨੂੰ ਕੋਈ ਲੋੜ ਹੀ ਨਹੀਂ। ਆ ਜਿਹੜੀ ਸੋਚ ਆ ਆਮ ਆਦਮੀ ਪਾਰਟੀ ਦੀ, ਬੜੀ ਖਤਰਨਾਕ ਸੋਚ ਹੈ ਕਿ ਸਾਨੂੰ ਹੁਣ ਪੰਜਾਬ ਦੇ ਲੋਕਾਂ ਦੀ ਲੋੜ ਨਹੀਂ ਹੈ। ਹੁਣ ਜਿਹੜਾ ਕੁਛ ਹੀ ਹੁਣ ਅਮਰ ਜਿਹੜਾ ਕੇਜਰੀਵਾਲ ਦੇ ਮਗਰ ਮਗਰ, ਜਿਵੇਂ ਬੱਕਰੀ ਮਗਰ ਲੇਲਾ ਤੁਰਿਆ ਫਿਰਦਾ ਹੁੰਦਾ, ਉਵੇਂ ਭਗਵੰਤ ਮਾਨ ਮਗਰ ਮਗਰ ਕੇਜਰੀਵਾਲ ਦੇ ਤੁਰਿਆ ਫਿਰਦਾ ਰਹਿੰਦਾ। ਜਿੱਥੇ ਦੇਖ ਲਓ, ਜਿੱਥੇ ਕੇਜਰੀਵਾਲ ਜਾਂਦਾ ਉੱਥੇ ਮਗਰ। ਭਗਵੰਤ ਮਾਨ ਮੱਧ ਪ੍ਰਦੇਸ਼ ਦੀ ਸਰਕਾਰ ਬਣਾਉਣ 'ਤੇ ਨਹੀਂ ਲੱਗਿਆ, ਉਹ ਤਾਂ ਆਮ ਆਦਮੀ ਪਾਰਟੀ ਨੂੰ ਤਕੜਾ ਕਰਨ 'ਤੇ ਲੱਗਿਆ। ਪੰਜਾਬ ਵਾਸਤੇ ਉਹਨੂੰ ਕੋਈ ਟੈਨਸ਼ਨ ਨਹੀਂ। ਬਲਕਿ ਸਾਹਿਬ, ਜਿੱਥੇ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਜਾ ਰਿਹਾ, ਉੱਥੇ ਪ੍ਰੈਸ ਨੂੰ ਵੀ ਗ੍ਰਿਫਤਾਰ ਕੀਤਾ ਜਾ ਰਿਹਾ, ਪਰਚੇ ਕੱਟੇ ਜਾ ਰਹੇ ਨੇ, ਪ੍ਰੈਸ ਦੀ ਆਜ਼ਾਦੀ ਜਿਹੜੀ ਉਹ ਖੋਈ ਜਾ ਰਹੀ। ਆ ਜਿਹੜੀ ਸਰਕਾਰ ਹੈ ਪੰਜਾਬ ਵਾਲੀ, ਜਦੋਂ ਦੀ ਸਰਕਾਰ ਆਈ ਆ, ਮੈਂ ਦੇਖਿਆ ਕਿ ਉਹਨਾਂ ਨੇ ਜਿਹੜਾ 750 ਕਰੋੜ ਦਾ ਬਜਟ ਰੱਖਿਆ ਮੀਡੀਆ ਵਾਸਤੇ, ਮਤਲਬ ਕੀ ਸੀ? ਜਾਂ ਲਾਲਚ ਦੇ ਕੇ ਆਪਣੇ ਕਾਬੂ ਕਰੋ, ਜੇ ਲਾਲਚ ਨਹੀਂ ਆਉਂਦੇ ਤਾਂ ਫਿਰ ਦਬਾ ਕੇ ਕਾਬੂ ਕਰੋ। ਮੀਡੀਆ ਡੈਮੋਕਰੇਸੀ ਦਾ ਬਹੁਤ ਵੱਡਾ ਹਿੱਸਾ ਹੈ, ਅਤੇ ਜੇ ਮੀਡੀਆ ਨੂੰ ਤੁਸੀਂ ਜਾਂ ਲਾਲਚ ਜਾਂ ਦਬਾ ਕੇ ਕਾਬੂ ਕਰਨਾ ਚਾਹੋਗੇ, ਡੈਮੋਕਰੇਸੀ ਦਾ ਵਿੱਚ ਬਹੁਤ ਵੱਡਾ ਖਤਰਾ ਹੈ। ਪਰ ਮੈਂ ਵਧਾਈ ਦਿੰਦਾ, ਬਹੁਤ ਮੀਡੀਆ ਚੈਨਲਸ, ਬਹੁਤ ਮੀਡੀਆ ਦੇ ਲੋਕ ਇਹਨੇ ਨਾ ਲਾਲਚ ਆਏ ਹੈ, ਜੋ ਅਸਲੀਅਤ ਪੇਸ਼ ਕਰ ਰਿਹਾ ਹੈ। ਅਤੇ ਮੈਂ ਉਹਨਾਂ ਨੂੰ ਬੇਨਤੀ ਕਰਦਾ, ਕੋਈ ਫਿਕਰ ਨਾ ਕਰੋ, ਸ਼੍ਰੋਮਣੀ ਅਕਾਲੀ ਦਲ ਸਾਡੀ ਪਾਰਟੀ ਤੁਹਾਡੇ ਨਾਲ ਹੈ, ਮੀਡੀਆ ਦੀ ਆਜ਼ਾਦੀ ਲਈ ਸਦਾ ਲੜਦੇ ਰਹੇ ਹਾਂ। ਆਹ ਇੱਕ ਸੋਚ ਹੈ ਅਕਾਲੀ ਦਲ ਦੀ, ਜ਼ੁਲਮ ਦੇ ਖਿਲਾਫ਼ ਲੜਨਾ। ਗੁਰੂਆਂ ਦੇ ਦੱਸੇ ਹੋਏ ਰਸਤੇ 'ਤੇ ਚੱਲਣ ਵਾਲੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਹੈ। ਜਿੱਥੇ ਜ਼ੁਲਮ ਹੋਊਗਾ ਅਸੀਂ ਉੱਥੇ ਖੜ੍ਹੇ ਹੋਵਾਂਗੇ। ਆਹ ਇੱਕ ਡੈਮੋਕਰੇਸੀ ਦਾ ਘਾਣ ਹੈ। ਗਾਂਧੀ ਪਰਿਵਾਰ ਨਾਲ ਸਾਡੇ ਬਹੁਤ ਮਤਭੇਦ ਹੈ, ਕਾਂਗਰਸ ਨਾਲ ਸਾਡੇ ਮਤਭੇਦ ਹੈ। ਜੋ ਜ਼ੁਲਮ ਗਾਂਧੀ ਪਰਿਵਾਰ ਨੇ ਅਤੇ ਕਾਂਗਰਸ ਨੇ ਪੰਜਾਬੀਆਂ ਅਤੇ ਸਿੱਖ ਪੰਥ ਨਾਲ ਕੀਤਾ ਹੈ, ਕੋਈ ਭੁਲਾ ਨਹੀਂ ਸਕਦਾ। ਪਰ ਇੱਕ ਕਾਨੂੰਨ ਹੈ ਦੇਸ਼ ਦਾ, ਇੱਕ ਸਿਸਟਮ ਹੈ ਦੇਸ਼ ਦਾ, ਤੁਸੀਂ ਉਸ ਸਿਸਟਮ ਨੂੰ ਤੋੜ ਕੇ ਡਿਕਟੇਟਰਸ਼ਿਪ ਕਰੋਗੇ, ਇੱਕ ਗਲਤ ਸੁਨੇਹਾ ਪੂਰੇ ਦੇਸ਼ ਵਿੱਚ ਜਾਊਗਾ। ਮੈਂ ਇਹਦੇ 'ਚ ਉਹਨਾਂ ਨੂੰ ਪੁੱਛ, ਸਹੀ ਬਹਿਣੇ ਤਾਂ ਉਹ ਦੱਸ ਸਕਦੇ ਕਿਸ ਵਾਸਤੇ ਹੈ। ਥੈਂਕ ਯੂ।